ਅਸਲਾਮ ਵਾਲੇਕਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਮੀਆਂ ਚੰਨੂ ਗੱਲਾ ਮੰਡੀ ਦੇ ਅੰਦਰ ਚਾਚਾ ਨਾਜੀ ਬੋਲੀ ਲਾਉਣ ਲੱਗਾ ਜੀ ਕਣਕ ਦੀ। ਅੱਜ ਫਿਰ ਇੱਕ ਵਾਰੀ ਕਣਕ ਦੇ ਢੇਰ ਲੱਗੇ ਹੋਏ, ਮਾਸ਼ਾਅੱਲਾ ਚੈੱਕ ਕਰੋ ਜ਼ਰਾ। ਉਹ ਸਾਹਮਣੇ ਵੀ ਪਈ ਹੋਈ ਤੇ ਆ ਵੀ ਪਈ ਹੋਈ, ਤੁਹਾਨੂੰ ਗੰਦਮ ਚੈੱਕ ਵੀ ਕਰਾਉਂਦੇ ਹਾਂ। ਮੱਕੀ ਨੇ ਵੀ ਚੰਗੀਆਂ ਰੌਣਕਾਂ ਲਾਈਆਂ, ਉੱਤੋਂ ਮੌਸਮ ਚੈੱਕ ਕਰੋ ਜ਼ਰਾ। ਅਤੇ ਉਹ ਸੂਰਜ ਬੱਦਲਾਂ 'ਚ ਲੁਕਿਆ ਹੋਇਆ, ਠੀਕ ਹੋ ਗਿਆ ਜੀ। ਆਹ ਲਾਈਵ ਬੋਲੀ ਹੋ ਰਹੀ ਆ, ਤੁਹਾਨੂੰ ਦਿਖਾਉਂਦੇ ਉਹਨੇ ਕਿਸ ਰੇਟ 'ਤੇ ਵੇਖਦੀ ਹੈ ਜ਼ਰਾ। ਅਤੇ ਇਹ ਜ਼ਰਾ ਗੰਦਮ ਚੈੱਕ ਕਰੋ ਪਹਿਲੇ ਜ਼ਰਾ। ਮਾਸ਼ਾਅੱਲਾ ਸਾਫ਼ ਸੁਥਰੀ ਗੰਦਮ ਆ। ਚਚਨਾ ਜੀ ਹੱਥ ਲੈ ਰਿਹਾ ਬਈ, ਲਓ ਜੀ ਜਰਾ ਆਬਦ ਐਗਰੀਕਲਚਰ ਦੱਸੋ ਜੀ। ਗੁੰਜਾਇਸ਼ ਗੰਜੂਸ਼ ਹੈਗੀ ਹੈ, 70 ਰੁਪਈਏ ਪਾ ਤੇ ਜੀ। ਲਓ ਜੀ ਇੱਥੇ ਹੱਥ ਪੱਕਾ ਕਰਕੇ ਇੱਧਰ ਆਵਾਜ਼, ਲਓ ਜੀ ਦੱਸੋ ਜੀ। ਭਾਅ ਜੀ ਨੇ 70 ਰੁਪਈਏ ਹੋਰ ਪਾਏ ਇਹਦੇ 'ਚ, ਦੱਸੋ ਜੀ ਥੋੜ੍ਹੀ ਬਹੁਤ ਗੁੰਜਾਇਸ਼ ਹੋਰ ਪਾਓ ਜ਼ਰਾ। 5 ਰੁਪਈਏ ਹੋਰ ਪਾ ਲਾ ਜੀ, ਕਹਿੰਦੇ 5 ਰੁਪਈਏ ਮਜ਼ੀਦ ਪੈ ਗਏ ਜੀ। 2800 ਤੇ 2800 ਰੁਪਈਏ, ਲਓ ਜੀ ਆਹ ਵੇਖੀਏ ਜੀ, 2800 ਤੇ 2800 ਰੁਪਈਏ ਚਚਨਾ ਜੀ ਨੇ ਵੇਚੀ ਹੈ, ਠੀਕ ਹੋ ਗਿਆ ਜੀ। ਅਤੇ ਆਹ ਮੌਸਮ ਖਰਾਬ ਹੋਣ ਦੀ ਵਜ੍ਹਾ ਚਾਚਾ ਜੀ ਕਣਕ ਦਾ ਰੇਟ ਕਾਹਤੋਂ ਘਟਿਆ, ਮੌਸਮ ਦੀ ਵਜ੍ਹਾ ਤੋਂ ਤਾਂ ਨਹੀਂ? ਹਾਂਜੀ 2800 ਤੇ 2800 ਰੁਪਈਏ। ਬਾਕੀ ਤੁਹਾਡੇ ਇਲਾਕੇ 'ਚ ਕੀ ਰੇਟ ਆ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।